ਪੈਟਰੋਲ ਪੰਪ ਦੇ ਹਿਸਾਬ 'ਚ ਹੋਈ ਗੜਬੜੀ ਤਾਂ ਕਰਿੰਦਿਆਂ ਨੇ ਬਣਾਇਆ ਪਲਾਨ, ਆਪਣੇ ਹੀ ਦੋਸਤਾਂ ਨੂੰ ਬੁਲਾ ਕੇ ਪੰਪ 'ਤੇ ਕਰਵਾਈ ਹਜ਼ਾਰਾਂ ਰੁਪਏ ਦੀ ਲੁੱਟ, ਅਤੇ ਮਾਲਕ ਅੱਗੇ ਬਣ ਗਏ ਵਿਚਾਰੇ ਕਿ ਸਾਡੇ ਤੋਂ ਪੈਸੇ ਖੋ ਕੇ ਲੈ ਗਏ ਨੇ ਲੁਟੇਰੇ। ਤਾਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਪੈਟਰੋਲ ਪੰਪ 'ਤੇ ਵਾਰਦਾਤ ਹੋਈ ਸੀ ਕੁਝ ਲੁਟੇਰਿਆਂ ਦੇ ਵੱਲੋਂ, ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ, ਲੁੱਟਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ ਸੀ। ਤਾਂ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੇ ਪੈਟਰੋਲ ਪੰਪ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਦਿਨ ਪਹਿਲਾਂ ਇਹ ਘਟਨਾ ਵਾਪਰੀ, ਜਿੱਥੇ 7 ਬੰਦਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਦੱਸ ਦਈਏ ਕਿ ਲੁੱਟਖੋਹ ਕਰਨ ਵਾਲੇ ਪੈਟਰੋਲ ਪੰਪ 'ਤੇ ਕੰਮ ਕਰਨ ਵਾਲਿਆਂ ਦੇ ਹੀ ਦੋਸਤ ਸਨ, ਉਹਨਾਂ ਨੇ ਆਪਣੇ ਦੋਸਤਾਂ ਦੇ ਕੋਲੋਂ ਇਹ ਲੁੱਟਖੋਹ ਕਰਾਈ। ਦੱਸ ਦਈਏ ਕਿ ਇਸ ਪੈਟਰੋਲ ਪੰਪ 'ਤੇ ਬੀਤੇ ਕਈ ਦਿਨਾਂ ਤੋਂ ਹਿਸਾਬ ਦੇ ਵਿੱਚ ਗੜਬੜੀ ਹੋ ਰਹੀ ਸੀ, ਜਿਸ ਤੋਂ ਬਾਅਦ ਕਰਿੰਦਿਆਂ ਨੇ ਰਲ ਕੇ ਪਲਾਨ ਬਣਾਇਆ ਅਤੇ ਆਪਣੇ ਦੋਸਤਾਂ ਨੂੰ ਹੀ ਲੁੱਟ ਕਰਨ ਲਈ ਬੁਲਾ ਲਿਆ, ਪਰ ਇੱਕ ਦਿਨ ਤੋਂ ਵੱਧ ਬਚ ਨਾ ਸਕੇ। ਪੁਲਿਸ ਨੇ ਉਹਨਾਂ ਦੋਸਤਾਂ ਨੂੰ ਕਾਬੂ ਕੀਤਾ, ਦੋਸਤਾਂ ਕੋਲੋਂ ਜਦ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹ ਮਿੰਟ ਤੋਂ ਪਹਿਲਾਂ ਕਰਿੰਦਿਆਂ ਦਾ ਨਾਮ ਉਹਨਾਂ ਨੇ ਲੈ ਲਿਆ, ਜਿਸ ਤੋਂ ਬਾਅਦ ਹੁਣ ਪੁਲਿਸ ਨੇ 7 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਇਹਨਾਂ ਸਾਰਿਆਂ ਨੇ ਰਲ ਮਿਲ ਕੇ ਇਹ ਪਲਾਨ ਬਣਾਇਆ ਸੀ ਕਿ ਪੈਟਰੋਲ ਪੰਪ 'ਤੇ ਲੁੱਟ ਕਰਾਂਗੇ ਅਤੇ ਜਿਹੜੀ ਹਿਸਾਬ ਦੇ ਵਿੱਚ ਗੜਬੜੀ ਹੋਈ ਹੈ ਉਹ ਨੋਰਮਲ ਹੋ ਜਾਵੇਗੀ। ਤਾਂ 50 ਤੋਂ 60 ਹਜ਼ਾਰ ਰੁਪਏ ਦਾ ਨੁਕਸਾਨ ਜਿਹੜਾ ਇਹ ਹਿਸਾਬ ਦੇ ਵਿੱਚ ਗੜਬੜੀ ਸੀ, ਉਹਨੇ ਕੁ ਦੀ ਲੁੱਟ ਕਰਾਈ ਗਈ, ਪਰ ਅੰਤ ਦੇ ਵਿੱਚ ਸਾਰੇ ਕਰਿੰਦਿਆਂ ਸਮੇਤ ਉਹ ਲੁਟੇਰੇ ਵੀ ਫੜ ਲਏ ਗਏ। ਮੁਕਤਸਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਥੇ ਇੱਕ ਮੰਗੇ ਦਾ ਪੈਟਰੋਲ ਪੰਪ ਹੈਗਾ, ਉੱਥੇ 21 ਮਾਰਚ ਨੂੰ ਇੱਕ ਸਨੈਚਿੰਗ ਕੀ ਵਾਰਦਾਤ ਹੋਈ ਸੀ। ਤੋ ਸਾਡੀ CIA ਟੀਮ ਔਰ SHO ਸਿਟੀ ਮੁਕਤਸਰ, DSP ਮੁਕਤਸਰ ਨੇ ਪ੍ਰੋਮਪਟਲੀ ਐਕਸ਼ਨ ਕਰਦੇ ਵੱਖ ਵੱਖ ਟੀਮ ਬਣਾ ਕੇ ਟੈਕਨੀਕਲ ਐਵੀਡੈਂਸ ਔਰ CCTV ਦੀ ਮਦਦ ਦੇ ਨਾਲ ਦੋ ਦੋਸ਼ੀਆਂ ਨੂੰ ਅਸੀਂ ਵਿਦਿਨ 24 ਆਵਰਸ ਅਰੈਸਟ ਕਰ ਲਿਆ ਹੈਗਾ, ਜਿਹਦੇ ਵਿੱਚ ਪਹਿਲਾ ਹੈਗਾ ਹੈਪੀ ਔਰ ਦੂਸਰਾ ਹੈਗਾ ਸੁਖਵਿੰਦਰ। ਹੈਪੀ ਪਹਿਲੇ ਵੀ ਇੱਕ ਸਨੈਚਿੰਗ ਕੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਸੀ, ਅਭੀ 7 ਮਾਰਚ ਨੂੰ ਉਹ ਬੇਲ 'ਤੇ ਆਇਆ ਹੋਇਆ ਸੀ। ਤਾਂ ਉਸਨੇ ਦੋਨੋਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉੱਥੇ ਇਹ ਮੂੰਹ ਬੰਨ ਕੇ ਗਏ ਹੋਏ ਸੀ ਔਰ ਕਾਪਾ ਦਿਖਾ ਕੇ ਔਰ ਅਰਾਊਂਡ 80,000 ਰੁਪਏ ਕੀ ਸਨੈਚਿੰਗ ਕੀਤੀ ਸੀ। ਜਦੋਂ ਇਹਨਾਂ ਦੀ ਅਸੀਂ ਮੁੱਢਲੀ ਇੰਟਰੋਗੇਸ਼ਨ ਕੀਤੀ ਤਾਂ ਇਹਦੇ ਵਿੱਚ ਇੱਕ ਇੰਟਰਸਟਿੰਗ ਚੀਜ਼ ਇਹ ਨਿਕਲ ਕੇ ਆਈ ਕਿ ਜੋ ਮੰਗੇ ਦੇ ਪੈਟਰੋਲ ਪੰਪ ਕੇ 5 ਸੇਲਸਮੈਨ ਸੀ, ਉਹਨੇ ਮਿਲ ਕੇ ਔਰ ਇੱਕ ਪਲਾਨਿੰਗ ਕੀਤੀ ਸੀ ਕਿ ਉਹਨਾਂ ਨੇ ਜੋ ਡੇਲੀ ਦਾ ਹਿਸਾਬ ਸੀ ਉਹਦੇ ਵਿੱਚ ਉਹ ਗੜਬੜ ਕਰਦੇ ਸੀ। ਉਸਨੂੰ ਛੁਪਾਉਣ ਵਾਸਤੇ ਜੋ ਇੱਕ ਸਾਜਨ ਮੁੰਡਾ ਹੈਗਾ ਸੇਲਸਮੈਨ, ਉਸਕਾ ਜੋ ਬ੍ਰਦਰ ਹੈਪੀ ਹੈਗਾ ਜੋ ਬਿੱਲ ਪਿਆ ਸੀ ਉਸਕੇ ਸਾਥ ਮਿਲ ਕੇ ਇਹ ਸਾਰੀ ਪਲਾਨਿੰਗ ਕੀਤੀ। ਤਾਂ ਉਹਨਾਂ ਵੀ ਇਨਵੋਲਵਮੈਂਟ ਇਹਦੇ ਵਿੱਚ ਡਾਇਰੈਕਟਲੀ ਇਨਵੋਲਵ ਸੀ। ਅਸਲੀ ਅਸੀਂ ਉਹਨਾਂ ਨੂੰ ਵੀ ਜੋ ਪਹਿਲੇ ਦੋ ਦੋਸ਼ੀ ਉਹਨਾਂ ਦੀ ਮੁੱਢਲੀ ਪੁੱਛਗਿੱਛ 'ਤੇ ਨੋਮੀਨੇਟ ਕਰਕੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਲਿਆ ਹੈਗਾ। ਟੋਟਲ ਇਸ ਕੇਸ ਦੇ ਵਿੱਚ 7 ਅਰੈਸਟ ਹੋਈ ਹੁਣ ਤੱਕ। ਤਾਂ ਇੱਕ ਨਵੀਂ ਚੀਜ਼ ਨਿਕਲ ਕੇ ਆਏਗੀ, ਸੇਲਸਮੈਨ ਵੀ ਮਿਲ ਕੇ ਔਰ ਇੱਕ ਸ਼ੋ ਕੋਲਡ ਜੋ ਲੁੱਟ ਕੀ ਵਾਰਦਾਤ ਨੂੰ ਅੰਜਾਮ ਦਿਆ ਇਸ ਕੇਸ ਦੇ ਵਿੱਚ। ਤਾਂ ਸਾਡੀ ਮੁਕਤਸਰ ਪੁਲਿਸ ਕੇ ਬਹੁਤ ਵੱਡੀ ਕਾਮਯਾਬ ਮਿਲੀ ਹੈਗੀ। ਇਹਦੇ ਵਿੱਚ ਟੋਟਲ ਅਸੀਂ 12,000 ਰੁਪਏ ਕੀ ਰਿਕਵਰੀ ਹੁਣ ਤੱਕ ਹੋ ਚੁੱਕੀ ਹੈਗੀ ਔਰ ਬਾਕੀ ਰਹਿੰਦੇ ਪੈਸੇ ਵੀ ਅਸੀਂ ਜਲਦ ਹੀ ਰਿਕਵਰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਕਿੰਨੇ ਟੋਟਲ ਰੁਪਏ ਸੀਗੇ? ਕੋਈ 60-70 ਹਜ਼ਾਰ ਉਹ ਕਹਿ ਰਹੇ ਸੀਗੇ, ਇੰਨੀ ਸੀਗੀ ਮਨੀ? ਹਾਂਜੀ, ਅਬ ਬੇਸਿਕਲੀ ਤਾਂ ਹਿਸਾਬ ਦੇ ਵਿੱਚ ਉਹ ਡੇਲੀ ਗੜਬੜ ਕਰਦੇ ਸੀ। ਤਾਂ ਉਹ ਅਭੀ ਉਨਕੇ ਜੋ ਮਾਲਿਕ ਹੈ ਉਨਸੇ ਪੁੱਛ ਕੇ ਔਰ ਡਿਟੇਲ ਅਸੀਂ ਕਰਾਂਗੇ ਕਿਤਨੇ ਪੈਸੇ ਹੋਰ ਵੀ ਪੈਸੇ ਹੋ ਸਕਤੇ ਹੈ, ਪਹਿਲੇ ਵੀ ਕੋਈ ਇਨਹੋਨੇ ਕੋ ਗੜਬੜ ਕੀਤੀ ਹੋ। ਪੁਲਿਸ ਨੇ ਬਹੁਤ ਜਲਦੀ ਇਹ ਟ੍ਰੇਸ ਕੀਤਾ ਕੇਸ। ਪਿਛਲੇ ਸਮੇਂ 'ਚ ਤੁਹਾਡੀ ਐਕਟੀਵਿਟੀ ਬਹੁਤ ਵਧੀਆ ਰਹੀ ਹੈ, ਕੀ ਕਹਿਣਾ ਚਾਹੋਗੇ ਵੀ ਅੱਗੇ ਤੋਂ ਜਿਹੜਾ ਪੁਲਿਸ ਦੀ ਤੋਂ ਸਹਿਯੋਗ ਤਾਂ ਵਧੀਆ ਲੋਕਾਂ? ਦੇਖੋ, ਮੈਂ ਤਾਂ ਲੋਕਾਂ ਨੂੰ ਮੁਕਤਸਰ ਡਿਸਟ੍ਰਿਕਟ ਦੇ ਵਾਸੀਆਂ ਨੂੰ ਇਹੀ ਅਪੀਲ ਕਰਦਾ ਹਾਂ ਕਿ ਸਾਡਾ ਜੋ ਫਸਟ ਜੋ ਮੋਟਿਵ ਹੁੰਦਾ ਹੈ ਪੁਲਿਸ ਦਾ ਕਿ ਪ੍ਰੀਵੈਂਸ਼ਨ ਆਫ ਕ੍ਰਾਈਮ, ਕਈ ਵਾਰ ਕ੍ਰਾਈਮ ਪ੍ਰੀਵੈਂਟ ਨਹੀਂ ਹੋਤਾ ਹੈ, ਤਾਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਸਕੋ ਜਿਤਨਾ ਛੇਤੀ ਅਸੀਂ ਹੋ ਸਕੇ ਉਸਨੂੰ ਡਿਟੈਕਟ ਕਰਾਂ ਉਸ।